ਪ੍ਰਭੂ ਦਾ ਸਿਮਰਨ ਜਿਹੜਾ ਇੱਕ ਤ੍ਰਿਪਤੀ ਦਾ ਨਾਮ ਹੈ, ਇੱਕ ਸੈਟੀਸਫੈਕਸ਼ਨ ਦਾ ਨਾਮ ਹੈ। ਪ੍ਰਭੂ ਦਾ ਸਿਮਰਨ ਇੱਕ ਸਬਰ ਦਾ ਨਾਮ ਹੈ। ਪ੍ਰਭੂ ਦਾ ਸਿਮਰਨ ਇੱਕ ਵੱਡਾ ਸੰਤੋਖ ਹੈ। ਪ੍ਰਭੂ ਦਾ ਸਿਮਰਨ ਜੀਵਨ ਦਾ ਰੱਜ ਜਾਣਾ ਹੈ। ਜੀਵਨ ਵਾਕਿਆ ਹੀ ਕਈ ਵਾਰੀ ਮਨੁੱਖ ਜੇ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਚੋਂ ਦੂਰ ਕਰ ਲਏ ਤੇ ਉਹਨੂੰ ਆਪ ਵੀ ਕਈ ਵਾਰੀ ਆਪਣਾ ਜੀਵਨ ਬੋਝ ਲੱਗਣਾ ਸ਼ੁਰੂ ਹੋ ਜਾਂਦਾ। ਕਹਿੰਦੇ ਮੈਨੂੰ ਐ ਮਹਿਸੂਸ ਹੁੰਦਾ ਵੀ ਜਿਹੜੇ ਜੀਵਨ ਦੇ ਅੰਦਰ ਸੈਟੀਸਫੈਕਸ਼ਨ ਨਹੀਂ, ਸੰਤੁਸ਼ਟੀ ਨਹੀਂ, ਜਿਹੜੇ ਜੀਵਨ ਦੇ ਅੰਦਰ ਪ੍ਰੇਮ ਨਹੀਂ, ਜਿਹੜੇ ਜੀਵਨ ਦੇ ਅੰਦਰ ਜ਼ਿੰਦਗੀ ਜਿਉਣ ਦਾ ਢੰਗ ਤੇ ਤਰੀਕਾ ਨਹੀਂ, ਜਿਹੜੇ ਜੀਵਨ ਦੇ ਅੰਦਰ ਸਬਰ ਨਹੀਂ, ਸੰਤੋਖ ਨਹੀਂ, ਤੇ ਉਹ ਜੀਵਨ ਜੀਵਨ ਕਿੱਥੇ ਹੈ? ਨਾਮ ਤੋਂ ਬਗੈਰ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਉਹ ਸਮਾਜ ਕਿਹੋ ਜਿਹਾ ਹੋਵੇ ਜਿੱਥੇ ਮਨੁੱਖ ਲਾਲਚਾਂ 'ਚ ਘਿਰੇ ਹੋਣ ਤੇ ਉਹਨਾਂ ਨੂੰ ਲਾਲਚਾਂ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਨਾ ਆਵੇ। ਉਹ ਸਮਾਜ ਦਾ ਵਰਤਾਰਾ ਕਿਹੋ ਜਿਹਾ ਹੋਵੇ ਜਿਹੜੇ ਵਰਤਾਰੇ ਦੇ ਅੰਦਰ ਸਾਰੇ ਮਨੁੱਖ ਈਰਖਾ ਨਾਲ ਭਰੇ ਹੋਣ, ਦੁਐਸ਼ ਨਾਲ ਭਰੇ ਹੋਣ, ਇੱਕ ਦੂਸਰੇ ਦੇ ਪ੍ਰਤੀ ਵੈਰ ਵਿਰੋਧ ਦੀ ਭਾਵਨਾ ਦੇ ਨਾਲ ਭਰੇ ਹੋਣ, ਉਹ ਕਿਹੋ ਜਿਹਾ ਸਮਾਜ ਹੋਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਬਿਨ ਨਾਮੈ ਜੀਵਨ ਨਾ ਥੀਐ। ਗੁਰ ਸਤਿਗੁਰ ਨਾਮ ਦ੍ਰਿੜਾਏ। ਗੁਰੂ ਪਿਆਰੇ ਸਾਜਨਵਾ ਜੀ, ਸਾਧ ਸੰਗਤ ਜੀ, ਬਾਣੀ ਦੀਆਂ ਇਹਨਾਂ ਪੰਗਤੀਆਂ ਦੇ ਅੰਦਰ ਮਹਾਰਾਜ ਨੇ ਬੜਾ ਪਿਆਰਾ ਸੰਦੇਸ਼ ਉਪਦੇਸ਼ ਸਾਡੀ ਝੋਲੀ 'ਚ ਪਾਇਆ। ਮਹਾਰਾਜ ਕਹਿੰਦੇ ਨੇ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ। ਪ੍ਰੀਤਮਾ ਪ੍ਰਿਯ ਪਿਆਰਾ, ਜਦੋਂ ਵੀ ਆਮ ਤੌਰ 'ਤੇ ਕੋਈ ਚਿੱਠੀ ਵਗੈਰਾ ਲਿਖੀ ਜਾਂਦੀ ਸੀ ਨਾ, ਜਾਂ ਅੱਜ ਵੀ ਅਸੀਂ ਐਪਲੀਕੇਸ਼ਨਾਂ ਵਗੈਰਾ ਕਿਸੇ ਨੂੰ ਲਿਖਦੇ ਹਾਂ, ਉਹਦੀ ਸ਼ੁਰੂਆਤ ਜਿਹੜੀ ਇਹਨਾਂ ਅੱਖਰਾਂ ਤੋਂ ਹੀ ਕੀਤੀ ਜਾਂਦੀ ਹੈ। ਜੇ ਇੰਗਲਿਸ਼ ਦੀ ਐਪਲੀਕੇਸ਼ਨ ਲਿਖਦੇ ਹਾਂ ਤਾਂ ਅਸੀਂ ਰਿਸਪੈਕਟਡ, ਕੋਈ ਇਹੋ ਜਿਹੇ ਵਰਡ ਰਿਕੁਐਸਟ ਦੇ ਦਰਜ ਕਰਦੇ ਹਾਂ। ਮਹਾਰਾਜ ਨੇ ਵੀ ਬਾਣੀ ਦੇ ਅੰਦਰ ਜਦੋਂ ਪਰਮੇਸ਼ਰ ਅੱਗੇ ਕੋਈ ਅਰਦਾਸ ਕੀਤੀ ਨਾ, ਜਾਂ ਉਹਦੇ ਨਾਮ ਦੀਆਂ ਗੁਣ ਅਤੇ ਵਡਿਆਈਆਂ ਨੂੰ ਸਾਨੂੰ ਦੱਸਣਾ ਚਾਹਿਆ, ਤਾਂ ਬੜੇ ਪਿਆਰੇ ਪ੍ਰੀਤਮ ਅੱਖਰ ਬਾਣੀ ਦੇ ਅੰਦਰ ਸੰਬੋਧਨ ਕਰਕੇ ਵਾਰ ਵਾਰ ਬਾਣੀ ਦੇ ਅੰਦਰ ਲਿਖਿਆ ਗਿਆ ਅਤੇ ਆਖਿਆ ਮੇਰੇ ਪ੍ਰੀਤਮਾ, ਹੇ ਮੇਰੇ ਪ੍ਰਿਯ ਪਿਆਰੇ, ਹੋ ਜੀਵਾ ਨਾਮ ਧਿਆਏ। ਮੈਂ ਤੇਰਾ ਨਾਮ ਲੈ ਕੇ ਜੀ ਰਿਹਾ ਹਾਂ, ਕਿਉਂਕਿ ਜੀਵਨ ਅਸਲ ਦੇ ਵਿੱਚ ਨਾਮ ਦਾ ਹੀ ਦੂਸਰਾ ਰੂਪ ਹੈ। ਤੇ ਨਾਮ ਤੋਂ ਟੁੱਟ ਕੇ ਵਾਕਿਆ ਹੀ ਇਹ ਜੀਵਨ ਧਿਕਾਰਯੋਗ ਬਣ ਜਾਂਦਾ ਹੈ। ਕਿਉਂ? ਕਿਉਂਕਿ ਨਾਮ, ਉਹਦੇ ਗੁਣ, ਉਹਦੀਆਂ ਵਡਿਆਈਆਂ, ਜਾਂ ਇਹ ਕਹਿ ਲਈਏ ਪ੍ਰਭੂ ਦਾ ਸਿਮਰਨ ਜਿਹੜਾ ਇੱਕ ਤ੍ਰਿਪਤੀ ਦਾ ਨਾਮ ਹੈ, ਇੱਕ ਸੈਟੀਸਫੈਕਸ਼ਨ ਦਾ ਨਾਮ ਹੈ। ਪ੍ਰਭੂ ਦਾ ਸਿਮਰਨ ਇੱਕ ਸਬਰ ਦਾ ਨਾਮ ਹੈ। ਪ੍ਰਭੂ ਦਾ ਸਿਮਰਨ ਇੱਕ ਵੱਡਾ ਸੰਤੋਖ ਹੈ। ਪ੍ਰਭੂ ਦਾ ਸਿਮਰਨ ਜੀਵਨ ਦਾ ਰੱਜ ਜਾਣਾ ਹੈ। ਅਤੇ ਇਹਨਾਂ ਚੀਜ਼ਾਂ ਤੋਂ ਬਗੈਰ ਨਾ ਜੀਵਨ
ਵਾਕਿਆ ਹੀ ਕਈ ਵਾਰੀ ਮਨੁੱਖ ਜੇ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਚੋਂ ਦੂਰ ਕਰ ਲਏ ਤੇ ਉਹਨੂੰ ਆਪ ਵੀ ਕਈ ਵਾਰੀ ਆਪਣਾ ਜੀਵਨ ਬੋਝ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਨਾ ਬੜੇ ਪਿਆਰੇ ਅੱਖਰ ਵਰਤੇ ਮਹਾਰਾਜ, ਕਹਿੰਦੇ ਮੈਨੂੰ ਐਂ ਮਹਿਸੂਸ ਹੁੰਦਾ ਵੀ ਜਿਹੜੇ ਜੀਵਨ ਦੇ ਅੰਦਰ ਸੈਟਿਸਫੈਕਸ਼ਨ ਨਹੀਂ, ਸੰਤੁਸ਼ਟੀ ਨਹੀਂ, ਜਿਹੜੇ ਜੀਵਨ ਦੇ ਅੰਦਰ ਪ੍ਰੇਮ ਨਹੀਂ, ਜਿਹੜੇ ਜੀਵਨ ਦੇ ਅੰਦਰ ਜ਼ਿੰਦਗੀ ਜਿਉਣ ਦਾ ਢੰਗ ਅਤੇ ਤਰੀਕਾ ਨਹੀਂ, ਜਿਹੜੇ ਜੀਵਨ ਦੇ ਅੰਦਰ ਸਬਰ ਨਹੀਂ, ਸੰਤੋਖ ਨਹੀਂ, ਤੇ ਉਹ ਜੀਵਨ ਜੀਵਨ ਕਿੱਥੇ ਹੈ। ਬੇਅੰਤ ਵਾਰ ਅਸੀਂ ਬਾਣੀ 'ਚੋਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ, ਮੈਂ ਉਦੋਂ ਤੱਕ ਜੀ ਰਿਹਾ ਜਦੋਂ ਤੱਕ ਤੇਰੇ ਨਾਂ ਨੂੰ ਲੈ ਰਿਹਾ, ਜਦੋਂ ਤੱਕ ਇਹ ਗੁਣ ਮੇਰੇ ਜੀਵਨ ਦੇ ਅੰਦਰ ਨੇ। ਜੇ ਇਹ ਗੁਣ ਨਹੀਂ ਤੇ ਫਿਰ ਇਹ ਜੀਵਨ ਜੀਵਨ ਨਹੀਂ, ਇਹ ਤੇ ਮੌਤ ਤੋਂ ਵੀ ਬੱਤਰ ਹੈ, ਇਹ ਤੇ ਇੱਕ ਬੋਝ ਹੈ, ਇਹ ਤੇ ਇੱਕ ਵੱਡੀ ਚਿੰਤਾ ਹੈ, ਇੱਕ ਵੱਡਾ ਝੋਰਾ ਹੈ, ਇੱਕ ਸੰਸਾ ਹੈ, ਇੱਕ ਭਰਮ ਹੈ, ਇੱਕ ਡੁਐਲਿਟੀ ਹੈ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਕਿਸੇ ਸੰਤੁਸ਼ਟੀ ਦਾ, ਕਿਸੇ ਸਬਰ ਦਾ, ਕਿਸੇ ਪ੍ਰੇਮ ਦਾ, ਕਿਸੇ ਪਿਆਰ ਦਾ ਜੀਵਨ ਦੇ ਅੰਦਰ ਹੋਣਾ ਬੜਾ ਜ਼ਰੂਰੀ ਹੈ। ਅੱਖਰ ਬੜੇ ਪਿਆਰੇ ਕਹੇ, ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਤੇ ਆਖਿਆ ਬਿਨ ਨਾਵੈ ਜੀਵਨ ਨਾਥੀ ਹੈ। ਨਾਮ ਤੋਂ ਬਗੈਰ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਉਹ ਸਮਾਜ ਕਿਹੋ ਜਿਹਾ ਹੋਵੇ ਜਿੱਥੇ ਮਨੁੱਖ ਲਾਲਚਾਂ 'ਚ ਘਿਰੇ ਹੋਣ ਤੇ ਉਹਨਾਂ ਨੂੰ ਲਾਲਚਾ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਨਾ ਆਵੇ। ਉਹ ਸਮਾਜ ਦਾ ਵਰਤਾਰਾ ਕਿਹੋ ਜਿਹਾ ਹੋਵੇ ਜਿਹੜੇ ਵਰਤਾਰੇ ਦੇ ਅੰਦਰ ਸਾਰੇ ਮਨੁੱਖ ਈਰਖਾ ਨਾਲ ਭਰੇ ਹੋਣ, ਦੁਐਸ਼ ਨਾਲ ਭਰੇ ਹੋਣ, ਇੱਕ ਦੂਸਰੇ ਦੇ ਪ੍ਰਤੀ ਵੈਰ ਵਿਰੋਧ ਦੀ ਭਾਵਨਾ ਦੇ ਨਾਲ ਭਰੇ ਹੋਣ, ਉਹ ਕਿਹੋ ਜਿਹਾ ਸਮਾਜ ਹੋਏਗਾ? ਉੱਥੇ ਕੋਈ ਰਹਿਣਾ ਪਸੰਦ ਨਹੀਂ ਕਰਦਾ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵਾਕਿਆ ਹੀ ਬਿਨ ਨਾਵੈ ਜੀਵਨ ਨਾਥੀ ਹੈ, ਇਹਦੇ ਤੋਂ ਬਗੈਰ ਜੀਵਨ ਹੈ ਕਿੱਥੇ। ਤੇ ਬਾਣੀ ਦੇ ਅੰਦਰ ਅਸੀਂ ਹੋਰ ਬੇਅੰਤ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਤੇ ਆਖਿਆ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਹੜੇ ਗੁਣਾਂ ਦੇ ਗਾਹਕ ਨਹੀਂ ਬਣ ਸਕੇ, ਗੁਣਾਂ ਦੇ ਵਣਜਾਰੇ ਨਹੀਂ ਬਣ ਸਕੇ, ਜਿਨ੍ਹਾਂ ਨੇ ਇਹ ਵਪਾਰ ਤੇ ਇਹ ਬਿਜ਼ਨਸ ਨਹੀਂ ਕੀਤਾ, ਮਹਾਰਾਜ ਕਹਿੰਦੇ ਉਹ ਤੇ ਮਰੇ ਹੋਏ ਨੇ, ਜਿਉਂਦੇ ਥੋੜ੍ਹੀ ਨੇ। ਸੋ ਐਸੇ ਕਰਕੇ ਬੜੇ ਪਿਆਰੇ ਅੱਖਰ ਸਾਨੂੰ ਆਪਣੀ ਝੋਲੀ ਦੇ ਅੰਦਰ ਪਾ ਲੈਣੇ ਚਾਹੀਦੇ ਨੇ ਕਿ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਕਿ ਜਿਹੜੇ ਸ਼ਬਦਾਂ ਦੇ ਰਾਹੀਂ ਅਸੀਂ ਕਿਸੇ ਨੂੰ ਐਡਰੈਸ ਕਰ ਰਹੇ ਹਾਂ ਉਹ ਸ਼ਬਦ ਰਿਸਪੈਕਟ ਵਾਲੇ ਹੋਣ, ਮਾਣ ਸਤਿਕਾਰ ਵਾਲੇ ਹੋਣ। ਅਤੇ ਉਸ ਤੋਂ ਵੀ ਵੱਡੀ ਚੰਗੀ ਗੱਲ ਹੈ ਕਿ ਇਕੱਲੇ ਅੱਖਰ ਰਿਸਪੈਕਟ ਵਾਲੇ ਨਾ ਹੋਣ, ਇਸ ਹਿਰਦੇ ਦੇ ਵਿੱਚ ਵੀ ਉਹਨਾਂ ਦੇ ਪ੍ਰਤੀ ਰਿਸਪੈਕਟ ਅਤੇ ਇੱਜ਼ਤ ਹੋਵੇ। ਮਹਾਰਾਜ ਨੇ ਬਾਣੀ ਦੀ ਤਰਤੀਬ ਦੇ ਵਿੱਚੋਂ ਇਹ ਇੱਕ ਵੱਡੀ ਗੱਲ ਮਨੁੱਖਤਾ ਦੀ ਝੋਲੀ 'ਚ ਪਾਈ ਹੈ ਅਤੇ ਆਖਿਆ ਮੈਨੂੰ ਪਤਾ ਹੈ ਵੀ ਬਿਨ ਨਾਵੈ ਜੀਵਨ ਨਾਥੀ ਹੈ। ਨਾਮ ਤੋਂ ਬਗੈਰ ਇੱਕ ਚੰਗੇ, ਇੱਕ ਸੁਚੱਜੇ, ਇੱਕ ਵਧੀਆ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਵੀ ਇਸ ਬਚਨਾਂ ਨੂੰ ਹਮੇਸ਼ਾ ਆਪਣੇ ਜਿਹਨ 'ਚ ਰੱਖੀਏ ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸੱਚਾ ਨਾਉਂ,
ਨਿਨਾਮ ਲੈ ਰਿਹਾ, ਗੁਣ ਨੇ, ਵਡਿਆਈਆਂ ਨੇ, ਸੈਟਿਸਫੈਕਸ਼ਨ ਹੈ, ਸੰਤੁਸ਼ਟੀ ਹੈ, ਅਤੇ ਇਹ ਜ਼ਿੰਦਗੀ ਜ਼ਿੰਦਗੀ ਹੈ, ਨਹੀਂ ਤੇ ਇਹ ਜ਼ਿੰਦਗੀ ਬੋਝ ਹੈ। ਇੰਨੀਆਂ ਕੁ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।